ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਬੇਟੇ ਮਾਰਕਸਵਾਦ ਦਾ ਲੈਸਨ ਅਸੀਂ ਕਰ ਰਹੇ ਆ ਮਾਰਕਸਵਾਦ ਦੇ ਲੈਸਨ ਦੇ ਸਬੰਧ ਦੇ ਵਿੱਚ ਦੋ ਵੀਡੀਓਜ਼ ਬੇਟੇ ਮੈਂ ਤੁਹਾਨੂੰ ਪਾ ਚੁੱਕੀ ਆ ਉਹਨਾਂ ਨੂੰ ਥੋੜਾ ਜਿਹਾ ਰਿਵਾਈਜ਼ ਕਰਾਉਂਦੇ ਹੋਏ ਫਿਰ ਅਸੀਂ ਅੱਗੇ ਉਸ ਤੋਂ ਅੱਗੇ ਜਿੱਥੇ ਅਸੀਂ ਖਤਮ ਕੀਤਾ ਸੀ ਉਸ ਤੋਂ ਅੱਗੇ ਅੱਜ ਅਸੀਂ ਕੰਟੀਨਿਊ ਕਰਾਂਗੇ ਇਸ ਤੋਂ ਪਹਿਲਾਂ ਬੇਟੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਇਹ बार-बार ਤੁਹਾਨੂੰ ਇਸ ਕਰਕੇ ਰਿਕੁਐਸਟ ਕਰ ਰਹੀ ਹਾਂ ਕਿਉਂਕਿ ਜੇ ਤੁਹਾਡੇ ਕੋਲ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਵੇਗਾ ਤਾਂ ਜਿਹੜੀ ਵੀ ਨਵੀਂ ਵੀਡੀਓ ਆਏਗੀ ਉਹ ਬਿٹے ਤੁਹਾਨੂੰ ਟਾਈਮ ਟੂ ਟਾਈਮ ਪਤਾ ਲੱਗਦੀ ਰਹੇਗੀ ਤੇ ਹੋ ਸਕੇ ਤਾਂ ਜਿੰਨਾ ਹੋ ਸਕੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਹਰੋ ਸਟੂਡੈਂਟ ਤੱਕ ਆਪਣਾ ਮਟੀਰੀਅਲ ਪਹੁੰਚਣਾ ਚਾਹੀਦਾ ਹੈ ਜਿਹੜੇ ਦੂਰ ਦੁਰਾਡੇ ਵੀ ਹਨ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਜੇ ਤੁਹਾਡੇ ਰਿਲੇਟਿਵਸ ਵਿੱਚ ਵੀ ਹਨ ਬੱਚੇ ਪੜਨ ਵਾਲੇ ਤਾਂ ਬੱਚੇ ਉਹਨਾਂ ਨੂੰ ਵੀ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਸੋ ਅਸੀਂ ਕਰ ਰਹੇ ਸੀ ਮਾਰਕਸ ਬਾਦ ਮਾਰਕਸਵਾਦ ਦੇ ਸੰਬੰਧ ਵਿੱਚ ਬੱਚੇ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਲ ਮਾਰਕਸ ਇੱਕ ਅਜਿਹੇ ਵਿਚਾਰਕ ਹੋਏ ਨੇ ਕਿ ਕ੍ਰਾਂਤੀਕਾਰੀ ਸੁਭਾਅ ਦੇ ਜਿਨ੍ਹਾਂ ਨੇ ਸਮਾਜ ਦੇ ਜੋ ਕੁਝ ਵੀ ਸਰਕਾਰਾਂ ਵੱਲੋਂ ਉਸ ਸਮੇਂ ਦੇ ਢਾਂਚੇ ਵੱਲੋਂ ਜੋ ਕੁਝ ਗਲਤ ਸੀ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਦੂਸਰੀ ਚੀਜ਼ ਜੋ ਮੈਂ ਅਸੀਂ ਕੀਤੀ ਸੀ ਉਹ ਇਹ ਕੀਤੀ ਸੀ ਕਿ ਕਾਲ ਮਾਰਕਸ ਦੀ ਸਾਰੀ ਵਿਚਾਰਤਾਰਾ ਪੈਸੇ ਦੇ ਪਦਾਰਥ ਦੇ ਭੌਤਿਕ ਅਵਸਥਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ ਕਾਰਲ ਮਾਰਕਸ ਤੇ ਅਸੀਂ ਜਦੋਂ ਦਵੰਧਵਾਦ ਵੀ ਕੀਤਾ ਜਾਂ ਕਾਰਲ ਮਾਰਕਸ ਦੀ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਵੀ ਕੀਤੀ ਉਸ ਵਿੱਚ ਵੀ ਅਸੀਂ ਇਹੀ ਗੱਲ ਕਲੀਅਰ ਕੀਤੀ ਕਿ ਕਾਰਲ ਮਾਰਕਸ ਜੀਵਨ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਤਨ ਨੂੰ ਮੰਨਦੇ ਸਨ ਉਹ ਤਨ ਸ਼ਬਦ ਵੀ ਯੂਜ਼ ਕਰਦੇ ਹਨ ਪਦਾਰਥ ਯੂਜ਼ ਕਰਦੇ ਹਨ ਭੌਤਿਕ ਚੀਜ਼ਾਂ ਯੂਜ਼ ਕਰਦੇ ਹਨ ਜਦੋਂ ਵੀ ਤੁਸੀਂ ਆਪਣੀ ਬੁੱਕ ਦੇ ਵਿੱਚ ਤਨ ਪਦਾਰਤ ਭੌਤਿਕ ਅਵਸਥਾਵਾਂ ਦੇਖੋ ਤਾਂ ਉਹਦਾ ਮਤਲਬ ਧਨ ਪੈਸਾ ਉਹ ਚੀਜ਼ ਜਿਹਦਾ ਇੱਕ ਮੁੱਲ ਹੁੰਦਾ ਹੈ ਉਹਦੇ ਨਾਲ ਹੀ ਹੈ ਤੀਸਰੀ ਚੀਜ਼ ਬੱਚੇ ਨੇ ਏਐਸਸੀ ਕੀਤੀ ਸੀ ਕਿ ਕਾਲ ਮਾਰਕਸ ਇਸ ਚੀਜ਼ ਨੂੰ ਮੰਨਦੇ ਹਨ ਕਿ ਇਤਿਹਾਸ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿਰਫ ਦੋ ਸ਼੍ਰੇਣੀਆਂ ਰਹੀਆਂ ਹਨ ਚਾਹੇ ਉਹਨੂੰ ਅਸੀਂ ਅਮੀਰ ਗਰੀਬ ਦਾ ਨਾਮ ਦੇ ਦਈਏ ਚਾਹੇ ਉਹਨੂੰ ਜ਼ਗੀਰਦਾਰ ਅਤੇ ਕਾਮਯਾਬ ਦਾ ਨਾਮ ਦੇ ਦਈਏ ਚਾਹੇ ਉਹਨੂੰ ਪੂੰਜੀਪਤੀ ਅਤੇ ਕੀਰਤੀਆਂ ਦਾ ਨਾਮ ਦੇ ਦਈਏ ਚਾਹੇ ਉਹਨੂੰ ਹੈਵ ਅਤੇ ਹੈਵ ਨਾਟਸ ਦਾ ਨਾਮ ਦਿੱਤਾ ਗਿਆ ਕਈ ਜਗ੍ਹਾ ਤੇ ਬੁਰਜੂਆ ਅਤੇ ਪ੍ਰੋਡਿਪਲੋਲੀ ਤ੍ਰੀਏਤ ਦਾ ਵੀ ਨਾਮ ਦਿੱਤਾ ਗਿਆ ਅਗਲੀ ਗੱਲ ਅਸੀਂ ਇਹ ਕੀਤੀ ਸੀ ਕਿ Karl Marx ਦੇ ਤੁਸੀਂ ਇੱਕ ਵਾਰੀ ਸਲਾਈਡ ਤੇ ਵੀ ਦੇਖ ਲਓ ਕਿ Karl Marx ਨੇ ਵਾਧੂ ਮੁੱਲ ਦਾ ਸਿਧਾਂਤ ਦਿੱਤਾ ਸੀਗਾ ਕਿ ਇਹ ਵਾਧੂ ਮੁੱਲ ਜੋ ਹੈ ਕੀਰਤੀਆਂ ਕੋਲ ਜਾਣਾ ਚਾਹੀਦਾ ਹੈ ਜਦੋਂ ਕਿ ਇਹ ਪੂੰਜੀਪਤੀਆਂ ਕੋਲ ਜਾਂਦਾ ਹੈ ਉਸ ਤੋਂ ਇਲਾਵਾ ਦੋ ਵਰਗਾਂ ਦੀ ਗੱਲ ਕੀਤੀ ਸੀ Karl Marx ਸਮਾਜ ਵਿੱਚ ਬਹੁਤੇ ਵਰਗਾਂ ਨੂੰ ਨਹੀਂ ਮੰਨਦੇ ਜਦੋਂ ਕਿ ਸਾਨੂੰ ਪਤਾ ਹੈ ਕਿ ਸਮਾਜ ਵਿੱਚ ਕਈ ਤਰ੍ਹਾਂ ਦੇ ਵਰਗ ਪਾਏ ਜਾਂਦੇ ਹਨ ਅਰ ਕਾਲ ਮਾਰਕਸ ਦੋ ਹੀ ਵਰਗਾਂ ਨੂੰ ਮੰਨਦੇ ਹਨ ਉਸ ਤੋਂ ਬਾਅਦ ਅਸੀਂ ਵਿੱਚੇ ਅਗਲਾ ਕੀਤਾ ਸੀ ਜਮਾਤੀ ਸੰਘਰਸ਼ ਜਾਂ ਸ਼੍ਰੇਣੀ ਯੁੱਧ ਦਾ ਸਿਧਾਂਤ ਵੀ ਨੂੰ ਆਪਾਂ ਕਹਿ ਸਕਦੇ ਹਾਂ ਤੁਹਾਡੀਆਂ ਕਈ ਬੁੱਕਸ ਦੇ ਵਿੱਚ ਸ਼੍ਰੇਣੀ ਯੁੱਧ ਵੀ ਹੋਏਗਾ ਜਮਾਤੀ ਸੰਘਰਸ਼ ਮੈਨੇ ਦੋ ਜਮਾਤਾਂ ਦੇ ਵਿੱਚ ਸੰਘਰਸ਼ ਚੱਲਦਾ ਹੈ ਅਮੀਰ ਵੱਧ ਤੋਂ ਵੱਧ ਲਾਭ ਕਮਾਉਣਾ ਚਾਹੁੰਦੇ ਹਨ ਅਤੇ ਜੋ ਗਰੀਬ ਹਨ ਉਹ ਵੱਧ ਤੋਂ ਵੱਧ ਮਜ਼ਦੂਰੀ ਅਤੇ ਵੇਤਨ ਲੈਣਾ ਚਾਹੁੰਦੇ ਹਨ ਦੋਨਾਂ ਵਿੱਚ ਸੰਘਰਸ਼ ਹੁੰਦਾ ਹੈ ਜੇਕਰ ਅਮੀਰਾਂ ਦਾ ਲਾਭ ਵਧੇਗਾ ਮਜ਼ਦੂਰਾਂ ਦੀ ਆਮਦਨ ਤਨਖਾਹ ਕੱਟੇਗੀ ਤੇ ਜੇ ਮਜ਼ਦੂਰਾਂ ਦੀ ਆਮਦਨ ਅਤੇ ਤਨਖਾਹ ਵੱਧਦੀ ਹੈ ਤਾਂ ਅਮੀਰਾਂ ਦਾ ਲਾਭ ਘਟੇਗਾ ਸੋ Karl Marx ਕਹਿੰਦੇ ਹਨ ਕਿ ਦੋਨਾਂ ਸ਼੍ਰੇਣੀਆਂ ਦੇ ਵਿੱਚ ਸੰਘਰਸ਼ ਲਗਾਤਾਰ ਚੱਲਦਾ ਰਹਿੰਦਾ ਹੈ ਇਸ ਤੋਂ ਅੱਗੇ ਅੱਜ ਅਸੀਂ ਕਰਾਂਗੇ ਅਗਲਾ ਪੁਆਇੰਟ ਗੱਲ Karl Marx ਦਿੰਦੇ ਹਨ ਪੂੰਜੀਵਾਦ ਦੀ ਸਵੈ ਤਬਾਹੀ ਸੈਲਫ ਡਿਸਟਰਕਸ਼ਨ ਆਫ ਕੈਪਟਲਿਜ਼ਮ ਪਹਿਲਾਂ ਤੁਸੀਂ ਇਸ ਪੁਆਇੰਟ ਨੂੰ ਨੋਟ ਕਰ ਲਓ ਪੂੰਜੀਵਾਦ ਦੀ ਸਵੈ ਤਬਾਹੀ ਵੀ ਆ ਜਾਂਦਾ ਹੈ ਕਈ ਬੁਕਸ ਦੇ ਵਿੱਚ ਬੱਚੇ ਤੁਹਾਡੀ ਬੁਕਸ ਵਿੱਚ ਲਿਖਿਆ ਹੋਇਆ ਪੂੰਜੀਵਾਦ ਦਾ ਸਵੈਨਾਸ਼ ਠੀਕ ਹੈ ਸਵੈਨਾਸ਼ ਦਾ ਮਤਲਬ ਹੁੰਦਾ ਹੈ ਆਪਣਾ ਨਾਸ਼ ਆਪੇ ਕਰ ਲੈਣਾ ਸਵੈ ਤਬਾਹੀ ਮੈਨੇ ਆਪਣੀ ਤਬਾਹੀ ਆਪੇ ਕਰ ਲੈਣੀ ਸੋ ਪੁਆਇੰਟ ਹੈਗਾ ਪੂੰਜੀਵਾਦ ਦੀ ਸਵੈ ਤਬਾਹੀ ਸੈਲਫ ਡਿਸਟ੍ਰਕਸ਼ਨ ਆਫ ਕੈਪਟਲਿਜ਼ਮ ਹਾਂਜੀ ਬੱਚੇ ਜਦੋਂ ਮੈਂ ਤੁਹਾਨੂੰ ਕਾਲ ਮਾਰਕਸ ਕਰਵਾਉਣਾ ਸ਼ੁਰੂ ਕੀਤਾ ਸੀ ਮੈਂ ਉਦੋਂ ਹੀ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਕਾਲ ਮਾਰਕਸ ਨੇ ਨਾ ਸਿਰਫ ਆਪਣੀ ਵਿਚਾਰਧਾਰਾ ਦਿੱਤੀ ਬਲਕਿ ਉਸ ਨੂੰ ਲਾਗੂ ਕਰਨ ਦਾ ਇੱਕ ਤਰੀਕਾ ਵੀ ਦੱਸਿਆ ਔਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਕਾਲ ਮਾਰਕਸ ਨੂੰ ਆਪਾਂ ਇੱਕ ਸੁਪਨਦਰਸ਼ੀ ਵਿਚਾਰਕ ਮੰਨਦੇ ਹਾਂ ਸੁਪਨਦਰਸ਼ੀ ਤੋਂ ਮਤਲਬ ਕਿ ਜਿਵੇਂ ਅਸੀਂ ਇੱਕ ਬੰਦਾ ਸੁਪਨਾ ਦੇਖ ਰਿਹਾ ਕਿ ਐਦਾਂ ਹੋਏਗਾ ਫਿਰ ਐਦਾਂ ਹੋਏਗਾ ਫਿਰ ਐਦਾਂ ਹੋਏਗਾ ਇੱਕ ਕਹਾਣੀ ਦੀ ਤਰ੍ਹਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਕਹਾਣੀ ਚੱਲਦੀ ਹੈ ਇੱਕ ਪਿਕਚਰ ਚੱਲਦੀ ਹੈ ਉਸ ਤਰ੍ਹਾਂ ਕਾਲ ਮਾਰਕਸ ਦੇ ਵਿਚਾਰ ਆਉਂਦੇ ਨੇ ਹੁਣ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਕਾਲ ਮਾਰਕਸ ਸਮਾਜ ਵਿੱਚ ਦੋ ਸ਼੍ਰੇਣੀਆਂ ਨੂੰ ਮੰਨਦੇ ਹਨ ਇਸ ਤੋਂ ਇਲਾਵਾ ਇਹ ਵੀ ਹੋ ਗਿਆ ਕਿ ਦੋਨਾਂ ਸ਼੍ਰੇਣੀਆਂ ਵਿੱਚ ਸੰਘਰਸ਼ ਹੈ ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਕਾਲ ਮਾਰਕਸ ਦੇ ਅਕੋਰਡਿੰਗ ਵੀ ਜਾਂ ਆਪਾਂ ਜੇ ਅੱਜ ਦੇ ਅਕੋਰਡਿੰਗ ਵੀ ਦੇਖੀਏ ਤਾਂ ਜੇ ਤੁਸੀਂ ਧਿਆਨ ਨਾਲ ਦੇਖੋ ਸਮਾਜ ਵਿੱਚ ਕਿਹਨਾਂ ਦੀ ਗਿਣਤੀ ਜ਼ਿਆਦਾ ਹੈ ਅਮੀਰਾਂ ਦੀ ਕਿ ਗਰੀਬਾਂ ਦੀ ਗਰੀਬਾਂ ਦੀ ਕਿਹਨਾਂ ਦੀ ਗਿਣਤੀ ਜ਼ਿਆਦਾ ਹੈ ਮਾਲਕਾਂ ਦੀ ਕਿ ਕਾਮਿਆਂ ਦੀ ਕੀਰਤੀਆਂ ਦੀ ਕੀਰਤੀਆਂ ਦੀ ਮਜ਼ਦੂਰਾਂ ਦੀ ਗਿਣਤੀ ਵੱਧ ਹੈ ਕੀਰਤੀਆਂ ਦੀ ਗਿਣਤੀ ਵੱਧ ਹੈ ਗਰੀਬਾਂ ਦੀ ਗਿਣਤੀ ਵੱਧ ਹੈ ਸੋ ਕਾਲ ਮਾਰਕਸ ਅੱਗੇ ਕੀ ਕਹਿੰਦੇ ਹਨ ਕਿ ਅਮੀਰਾਂ ਦੀ ਗਿਣਤੀ ਘੱਟ ਹੈ ਗਰੀਬਾਂ ਦੀ ਗਿਣਤੀ ਕੀਰਤੀਆਂ ਦੀ ਕਾਮਿਆਂ ਦੀ ਮਜ਼ਦੂਰਾਂ ਦੀ ਗਿਣਤੀ ਵੱਧ ਹੈ ਤਾਂ ਅੱਗੇ ਕਾਲ ਮਾਰਕਸ ਕਹਿੰਦੇ ਹਨ ਕਿ ਜਦੋਂ ਦੋਨਾਂ ਦੇ ਵਿੱਚ ਸੰਘਰਸ਼ ਚੱਲੇਗਾ ਤਾਂ ਪੂੰਜੀਵਾਦ ਪੂੰਜੀਵਾਦ ਮੈਨੇ ਅਮੀਰ ਲੋਕਾਂ ਦਾ ਸ਼ਾਸਨ ਪੂੰਜੀਵਾਦ ਦਾ ਮਤਲਬ ਹੈ ਅਮੀਰ ਲੋਕਾਂ ਦਾ ਸ਼ਾਸਨ ਜੋ ਹੈ ਉਹ ਆਪਣੇ ਆਪ ਆਪਣੇ ਕਾਰਨਾ ਕਰਕੇ ਤਬਾਹ ਹੋਏਗਾ ਖਤਮ ਹੋਏਗਾ ਹੁਣ ਕਿੱਦਾਂ ਹੋਏਗਾ ਉਹ ਕੀ ਤਰੀਕਾ ਦੱਸਦੇ ਹਨ ਪਹਿਲੀ ਗੱਲ ਕਾਲ ਮਾਰਕਸ ਦੱਸਦੇ ਹਨ ਕਹਿੰਦੇ ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਲੈਂਦੀ ਹੈ ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਲੈਂਦੀ ਹੈ ਤਾਕਤਵਰ ਜਾਨਵਰ ਆਪਣੇ ਤੋਂ ਘੱਟ ਤਾਕਤਵਰ ਜਾਨਵਰ ਨੂੰ ਖਾ ਲੈਂਦਾ ਹੈ ਠੀਕ ਇਸੇ ਤਰੀਕੇ ਦੇ ਨਾਲ ਕਾਲਮਕਸ ਕਹਿੰਦੇ ਹਨ ਜਿਹੜੇ ਵੱਡੇ ਅਮੀਰ ਨੇ ਉਹ ਛੋਟੇ ਅਮੀਰਾਂ ਨੂੰ ਖਤਮ ਕਰ ਦੇਣਗੇ ਹੁਣ ਤੁਸੀਂ ਦੇਖੋ ਕਿਵੇਂ ਹੁਣ ਤੁਸੀਂ ਅੱਜ ਦੇ ਸਮੇਂ ਵਿੱਚ ਦੇਖੋ ਵੱਡੇ ਵੱਡੇ ਮਾਲ ਆ ਗਏ ਵੱਡਿਆ ਵੱਡੇ ਸ਼ੋਰੂਮਸ ਆ ਗਏ ਉਹਨਾਂ ਕੋਲ ਇੰਨੀ ਵੈਰਾਈਟੀ ਹੈ ਉਹਨਾਂ ਕੋਲ ਸਮਾਨ ਇੰਨਾ ਜ਼ਿਆਦਾ ਹੈ ਕਈ ਵਾਰੀ ਉਹ ਰੇਟ ਵੀ ਘਟਾ ਦਿੰਦੇ ਨੇ ਸੇਲ ਵੀ ਲਾ ਦਿੰਦੇ ਨੇ ਤਾਂ ਉਹਦੇ ਨਾਲ ਕੀ ਹੈ ਛੋਟੇ ਦੁਕਾਨਦਾਰਾਂ ਦੇ ਕੰਮ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਵੱਡਾ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈ ਇੱਕ ਭਾਵ ਜਦੋਂ ਅਮੀਰਾਂ ਅਬੀਰਾਂ ਦੇ ਵਿੱਚ ਆਪਸ ਦੇ ਵਿੱਚ ਕਲੈਸ਼ ਹੋਏਗਾ ਤਾਂ ਕੀ ਹੈ ਵੱਡੇ ਅਮੀਰ ਛੋਟੇ ਅਮੀਰਾਂ ਨੂੰ ਖਤਮ ਕਰ ਦੇਣਗੇ ਸੋ ਕਾਲ ਮਾਰਕਸ ਕਹਿੰਦੇ ਕਿ ਅਮੀਰਾਂ ਦੀ ਗਿਣਤੀ ਘਟ ਜਾਏਗੀ ਫੇਰ ਉਹ ਕਹਿੰਦੇ ਹਨ ਕਿ ਸਮਾਜ ਵਿੱਚ ਦੋ ਹੀ ਵਰਗ ਰਹਿ ਜਾਣਗੇ ਬਹੁਤ ਜ਼ਿਆਦਾ ਅਮੀਰ ਅਤੇ ਮਜ਼ਦੂਰ ਅਤੇ ਕਿਰਤੀ ਵਰਗ ਉਹਦੇ ਵਿੱਚ ਕਾਲ ਮਾਰਕਸ ਕੀ ਥਿਊਰੀ ਦਿੰਦੇ ਨੇ ਉਹ ਕਹਿੰਦੇ ਕਿ ਕੀ ਹੋਏਗਾ ਅਮੀਰਾਂ ਨੇ ਵਪਾਰ ਵੀ ਕਰਨਾ ਹੈ ਅਮੀਰਾਂ ਨੇ ਆਪਣਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਭੇਜਣਾ ਹੈ ਅਮੀਰਾਂ ਨੇ ਬਿਜ਼ਨਸ ਵੀ ਕਰਨਾ ਹੈ ਇਹ ਸਾਰੇ ਕੰਮ ਦੇ ਲਈ ਕਹਿੰਦੇ ਅਮੀਰ ਲੋਕ ਕੀ ਕਰਨਗੇ ਅਮੀਰ ਲੋਕ ਸੜਕਾਂ ਦਾ ਜਾਲ ਵਿਛਾਉਣਗੇ ਰੇਲਾਂ ਚਲਾਉਣਗੇ ਹਵਾਈ ਜਹਾਜ਼ ਚਲਾਉਣਗੇ ਬੱਸਾਂ ਚਲਾਉਣਗੇ ਉਹਦੇ ਨਾਲ ਕਹਿੰਦੇ ਕਾਲਮਕਸ ਕਹਿੰਦੇ ਕੀ ਹੁੰਦਾ ਹੈ ਕਿ ਇੱਕ ਜਗ੍ਹਾ ਦਾ ਮਜ਼ਦੂਰ ਦੂਜੀ ਜਗ੍ਹਾ ਜਾ ਸਕਦਾ ਹੈ ਮੰਨ ਲਓ ਮੈਂ ਇੱਕ ਜਗ੍ਹਾ ਕੰਮ ਕਰਦੀ ਹਾਂ ਮੋਹਾਲੀ 'ਚ ਮੈਨੂੰ ਇੱਥੇ 10000 ਤਨਖਾਹ ਮਿਲਦੀ ਹੈ ਮੇਰਾ ਕੋਈ ਦੋਸਤ ਆ ਕੇ ਮੈਨੂੰ ਦੱਸਦਾ ਹੈ ਕਿ ਇਹ ਇਹੀ ਮੇਰੀ ਫੈਕਟਰੀ ਦੇ ਵਿੱਚ ਤੋਂ ਲੁਧਿਆਣਾੇ ਮੇਰੇ ਕੋਲ ਆ ਜਾ ਤੇ ਉੱਥੇ ਤੈਨੂੰ 20000 ਤਨਖਾਹ ਮਿਲੇਗੀ ਮੈਂ ਆਪਣਾ ਕੰਮ ਇੱਥੋਂ ਛੱਡ ਕੇ ਲੁਧਿਆਣਾੇ ਆਰਾਮ ਨਾਲ ਜਾ ਸਕਦੀ ਹਾਂ ਜਿਸ ਤਰ੍ਹਾਂ ਬੇਟੇ ਤੁਹਾਨੂੰ ਯਾਦ ਹੋਵੇਗਾ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਅੰਗਰੇਜ਼ਾਂ ਨੇ ਆਪਣਾ ਵਪਾਰ ਵਧਾਉਣ ਦੇ ਲਈ ਭਾਰਤ ਵਿੱਚ ਪੁੱਲ ਵੀ ਬਣਾਏ ਭਾਰਤ ਵਿੱਚ ਸੜਕਾਂ ਵੀ ਬੜਾਈਆਂ ਰੇਲਾਂ ਵੀ ਚਲਾਈਆਂ ਆਪਣੇ ਗਿਆਤਿਆਤ ਦੇ ਹੋਰ ਸਾਧਨਾਂ ਦਾ ਵਿਕਾਸ ਵੀ ਕੀਤਾ ਆਪਣੇ ਵਪਾਰ ਨੂੰ ਵਧਾਉਣ ਦੇ ਇਸੇ ਤਰੀਕੇ ਨਾਲ ਕਾਰਲ ਮਾਰਕਸ ਕਹਿੰਦੇ ਕਿ ਪੂੰਜੀਵਾਦਵਾੜੇ ਆਪਣੇ ਵਪਾਰ ਨੂੰ ਵਧਾਉਣ ਲਈ ਆਪਣੇ ਮੁਨਾਫੇ ਨੂੰ ਵਧਾਉਣ ਲਈ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਬਹੁਤ ਜ਼ਿਆਦਾ ਸਮਾਜ ਦਾ ਵਿਕਾਸ ਕਰਨਗੇ ਜਿਹਦੇ ਨਾਲ ਕੀ ਹੋਏਗਾ ਕਿ ਜਿਹੜੇ ਮਜ਼ਦੂਰ ਨੇ ਉਹ ਵੀ ਇੱਕ ਜਗ੍ਹਾ ਤੋਂ ਕੰਮ ਛੱਡ ਕੇ ਜਿੱਥੇ ਉਹਨਾਂ ਨੂੰ ਵੱਧ ਵੇਤਨ ਮਿਲੇਗਾ ਉਹ ਦੂਜੀ ਜਗ੍ਹਾ ਛੱਡ ਕੇ ਜਾ ਸਕਦੇ ਹਨ ਅਗਲੀ ਗੱਲ ਹੁਣ ਦੇਖੋ ਇੱਕ ਫੈਕਟਰੀ ਹੈ ਮੰਨੋ ਇੱਕ ਫੈਕਟਰੀ ਹੈ ਲੁਧਿਆੜੇ ਵਿੱਚ ਕੋਈ ਸਾਈਕਲਾਂ ਦੀ ਫੈਕਟਰੀ ਹੈ ਉੱਥੇ ਇੱਕ ਮਾਲਕ ਹੈ 50000 ਬੰਦਾ ਕੰਮ ਕਰਦਾ ਹੈ ਤਾਂ ਕੀ ਹੋ ਗਿਆ ਉਹ 50000 ਬੰਦਾ ਯੂਨੀਅਨ ਬਣਾ ਲੇਗਾ ਤੁਸੀਂ ਦੇਖੋ ਹਰ ਫੈਕਟਰੀ ਦੇ ਵਿੱਚ ਮਜ਼ਦੂਰਾਂ ਨੇ ਕੀ ਬਣਾਈਆਂ ਹੋਈਆਂ ਨੇ ਆਪਣੀ ਮਜ਼ਦੂਰ ਯੂਨੀਅਨ ਬਣਾਈ ਹੋਈ ਹੈ ਔਰ ਤੁਸੀਂ ਫਿਲਮਾਂ ਵਿੱਚ ਵੀ ਇਹ ਦੇਖਿਆ ਹੋਵੇਗਾ ਕਿ ਜਿੰਨੀਆਂ ਮੰਗਾ ਨੇ ਉਹ ਕੌਣ ਮਨਵਾਉਂਦਾ ਹੈ ਯੂਨੀਅਨ ਮਨਵਾਉਂਦੀ ਹੈ ਕਿਉਂਕਿ ਕੀਰਤੀ ਸਾਰੇ ਮਜ਼ਦੂਰ ਸਾਰੇ ਯੂਨੀਅਨ ਬਣਾ ਕੇ ਇਕੱਠੇ ਹੋ ਜਾਂਦੇ ਹਨ ਇਕੱਠੇ ਹੋ ਕੇ ਉਹ ਮਾਲਕ ਦੋ ਹੜਤਾਲ ਕਰ ਸਕਦੇ ਹਨ ਲਾਕਡਾਊਨ ਕਰ ਸਕਦੇ ਹਨ ਫੈਕਟਰੀ ਦਾ ਕੰਮ ਬੰਦ ਕਰ ਸਕਦੇ ਹਨ ਅਤੇ ਆਪਣੀਆਂ ਮੰਗਾਂ ਮਨਾ ਸਕਦੇ ਹਨ ਸੋ ਕਾਲ ਮਾਰਕਸ ਕੀ ਕਹਿੰਦੇ ਹਨ ਉਹ ਕਹਿੰਦੇ ਦੋ ਗੱਲਾਂ ਕਰਕੇ ਵੱਡੇ ਅਮੀਰਾਂ ਅਮੀਰ ਜਿਹੜੇ ਨੇ ਉਹ ਛੋਟੇ ਅਮੀਰਾਂ ਨੂੰ ਖਤਮ ਕਰ ਦੇਣਗੇ ਤੇ ਜਿਹੜੇ ਵੱਡੇ ਅਮੀਰ ਰਹਿ ਗਏ ਉਹਨਾਂ ਦੀ ਸ਼ਕਤੀ ਘਟ ਜਾਏਗੀ ਕਿਉਂ ਕਿਉਂਕਿ ਕਹਿੰਦੇ ਮਜ਼ਦੂਰਾਂ ਦੀ ਗਿਣਤੀ ਵੱਧ ਜਾਏਗੀ ਮਜ਼ਦੂਰ ਆ ਜਾ ਵੀ ਸਕਦੇ ਨੇ ਮਜ਼ਦੂਰ ਯੂਨੀਅਨ ਵੀ ਬਣਾ ਲੈਣਗੇ ਅਤੇ ਉਹ ਉਹਨਾਂ ਵਿੱਚ ਏਕਤਾ ਹੋ ਜੇਗੀ ਉਹ ਏਕਤਾ ਦੇ ਕਰਕੇ ਜਿਹੜੇ ਮਜ਼ਦੂਰ ਨੇ ਉਹ ਕਿਦੇ ਤੇ ਭਾਰੂ ਪੈ ਜਾਣਗੇ ਕਹਿੰਦੇ ਉਹ ਪੂੰਜੀਵਾਦ ਦੇ ਉੱਤੇ ਪੂੰਜੀਪੱਤੀਆਂ ਦੇ ਉੱਤੇ ਭਾਰੂ ਪੈ ਜਾਣਗੇ ਇਸ ਪੁਆਇੰਟ ਨੂੰ ਕਾਲ ਮਾਰਕਸ ਨਾਮ ਦਿੰਦੇ ਨੇ ਪੂੰਜੀਵਾਦ ਦਾ ਸਵੈਨਾਸ਼ ਆਪ ਪੂੰਜੀਵਾਦ ਆਪਣੇ ਹੀ ਯਤਨਾ ਕਰਕੇ ਹੌਲੀ-ਹੌਲੀ ਆਪਣਾ ਨਾਸ਼ ਆਪ ਕਰ ਲਵੇਗਾ ਤੇ Karl Marx ਇੱਥੋਂ ਤੱਕ ਕਹਿੰਦੇ ਨੇ ਕਿ ਮਜ਼ਦੂਰ ਜਿੰਨੀ ਜ਼ਿਆਦਾ ਮਜ਼ਦੂਰਾਂ ਵਿੱਚ ਏਕਤਾ ਹੋਏਗੀ ਜਿੰਨੀ ਜ਼ਿਆਦਾ ਮਜ਼ਦੂਰ ਇਕੱਠੇ ਹੋਣਗੇ ਓਨੀ ਜਲਦੀ ਉਹ ਪੂੰਜੀਵਾਦ ਦਾ ਨਾਸ਼ ਕਰ ਸਕਦੇ ਹਨ ਸੋ ਇਹਨੂੰ ਆਪਾਂ ਕਹਿੰਦੇ ਆ ਪੂੰਜੀਵਾਦ ਦਾ ਸਵੈਨਾਸ਼ੀਆ ਪੂੰਜੀਵਾਦ ਦੀ ਸਵੈ ਤਬਾਹੀ ਇਹ ਤਰੀਕਾ ਦੱਸਦੇ ਨੇ ਬੇਟੇ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਆ ਕਿ ਕਾਰਲ ਮਾਰਕਸ ਇੱਕ ਤਰੀਕਾ ਦੱਸਦੇ ਨੇ ਕਿ ਇਸ ਤਰ੍ਹਾਂ ਹੋਏਗਾ ਫਿਰ ਇਸ ਤਰ੍ਹਾਂ ਹੋਏਗਾ ਹੁਣ ਦੇਖੋ ਉਹਨਾਂ ਨੇ ਪਹਿਲਾਂ ਕਿ ਆ ਦੋ ਸ਼੍ਰੇਣੀਆਂ ਹੋਣਗੀਆਂ ਫਿਰ ਉਹਨਾਂ ਨੇ ਦੱਸਿਆ ਕਿ ਦੋਨੋਂ ਸ਼੍ਰੇਣੀਆਂ ਵਿੱਚ ਵਿਰੋਧ ਹੋਏਗਾ ਵਿਰੋਧ ਤੋਂ ਬਾਅਦ ਕਾਰਲ ਮਾਰਕਸ ਅੱਗੇ ਕੀ ਦੱਸਦੇ ਹਨ ਕਿ ਹੌਲੀ-ਹੌਲੀ ਵੱਡੇ ਪੂੰਜੀਪਤੀ ਛੋਟੇ ਪੂੰਜੀਪਤੀਆਂ ਨੂੰ ਖਤਮ ਕਰ ਦੇਣਗੇ ਕਿਉਂਕਿ ਅਮੀਰ-ਅਮੀਰ ਵਿੱਚ ਈਰਖਾ ਹੁੰਦੀ ਹੈ ਮੰਨ ਲਓ ਇੱਕ ਸ਼ੋਅਰੂਮ ਹੈ ਬਹੁਤ ਵੱਡਾ ਜੁੱਤੀਆਂ ਦਾ ਬਹੁਤ ਵੱਡਾ ਸ਼ੋਅਰੂਮ ਹੈ ਉਹਦੇ ਨਾਲ ਇੱਕ ਛੋਟੀ ਜੀ ਦੁਕਾਨ ਸ਼ੋਅਰੂਮ ਖੁੱਲ ਜੇ ਜੁੱਤੀਆਂ ਦੀ ਤਾਂ ਕੀ ਹੋਏਗੀ ਉਹ ਛੋਟੀ ਦੁਕਾਨ ਚੱਲਣੀ ਹੀ ਨਹੀਂ ਨਾ ਉਹਦੇ ਕੋਲ ਵੈਰਾਈਟੀ ਹੋਏਗੀ ਨਾ ਉਹ ਵਿਚਾਰਾ ਸੇਲ ਲਾ ਸਕਦਾ ਹੈ ਸਮਾਨ ਵੀ ਉਹਦੇ ਕੋਲ ਥੋੜਾ ਪਿਆ ਗਾਹਕ ਵੀ ਉਹਦੇ ਕੋਲ ਘਟਾਣੇ ਸੋ ਵੱਡੇ ਅਮੀਰ ਛੋਟੇ ਅਮੀਰਾਂ ਨੂੰ ਖਤਮ ਕਰ ਦੇਣਗੇ ਤੇ ਸਮਾਜ ਵਿੱਚ ਰਹਿ ਗਏ ਵੱਡੇ ਅਮੀਰ ਤੇ ਕੀਰਤੀ ਕੀਰਤੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਹੌਲੀ-ਹੌਲੀ ਕੀਰਤੀਆਂ ਦੀ ਏਕਤਾ ਦੇ ਵੱਡੇ ਦੇ ਕਰਕੇ ਵਿਕਾਸ ਦੇ ਕਰਕੇ ਕੀ ਹੈ ਉਹਨਾਂ ਜਾਗਰੂਕਤਾ ਵੀ ਆ ਜਾਏਗੀ ਕੀਰਤੀਆਂ ਨੂੰ ਰੇਟਾਂ ਦਾ ਵੀ ਪਤਾ ਲੱਗ ਜਾਏਗਾ ਮਜ਼ਦੂਰੀ ਦਾ ਪਤਾ ਲੱਗ ਜਾਏਗਾ ਸੋ ਕਹਿੰਦਾ ਜਿਹੜੇ ਕੀਰਤੀ ਨੇ ਇਕੱਠੇ ਹੋ ਜਾਣਗੇ ਅਤੇ ਉਹ ਪੂੰਜੀਵਾਦ ਦਾ ਨਾਸ਼ ਕਰ ਦੇਣਗੇ ਸਮਝ ਆ ਗਿਆ ਬੇਟੇ ਪੁਆਇੰਟ ਅਗਲਾ ਪੁਆਇੰਟ ਅਸੀਂ ਕਰਾਂਗੇ ਰਾਜ ਬਾਰੇ ਵਿਚਾਰ ਵਿਊਜ਼ ਰਿਗਾਰਡਿੰਗ ਸਟੇਟ ਦੇਖੋ ਜਦੋਂ ਅਸੀਂ ਪੁਰਾਣੇ ਵੀਡੀਓਜ਼ ਦੇ ਵਿੱਚ ਬੇਟੇ ਅਸੀਂ ਮਹਾਤਮਾ ਗਾਂਧੀ ਦੇ ਵਿਚਾਰ ਕੀਤੇ ਤਾਂ ਉਦੋਂ ਵੀ ਅਸੀਂ ਰਾਜ ਸਬੰਧੀ ਵਿਚਾਰ ਕੀਤੇ ਸੀ ਕੱਲ ਮਹਾਤਮਾ ਗਾਂਧੀ ਜੀ ਦੇ ਇਤਿਹਾਸ ਜਦੋਂ ਅਸੀਂ ਉਦਾਰਵਾਦ ਕੀਤਾ ਤਾਂ ਅਸੀਂ ਪੁਰਾਣੇ ਉਦਾਰਵਾਦੀ ਰਾਜ ਬਾਰੇ ਕੀ ਕਹਿੰਦੇ ਸਨ ਨਵੇਂ ਉਦਾਰਵਾਦੀ ਕੀ ਕਹਿੰਦੇ ਸਨ ਜਦੋਂ ਤੁਸੀਂ ਕਿਉਂਕਿ ਅਸੀਂ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਆ ਤਾਂ ਅਸੀਂ ਰਾਜ ਬਾਰੇ ਜ਼ਰੂਰ ਵਿਚਾਰ ਕਰਾਂਗੇ ਸੋ ਹੁਣ ਅਸੀਂ ਗੱਲ ਕਰਾਂਗੇ ਕਿ ਕਾਲ ਮਾਰਕਸ ਦੇ ਰਾਜ ਸਬੰਧੀ ਕੀ ਵਿਚਾਰ ਹਨ ਹਾਂਜੀ ਬੱਚੇ ਯਾਦ ਰੱਖਣਾ ਹੈ ਤੁਸੀਂ ਕਾਲ ਮਾਰਕਸ ਵੀ ਰਾਜ ਨੂੰ ਬਹੁਤਾ ਪਸੰਦ ਨਹੀਂ ਕਰਦੇ ਕਾਲ ਮਾਰਕਸ ਵੀ ਮਹਾਤਮਾ ਗਾਂਧੀ ਦੀ ਤਰ੍ਹਾਂ ਇਹ ਮੰਨਦੇ ਹਨ ਕਿ ਰਾਜ ਜੋ ਹੈ ਅਮੀਰਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਹੈ ਰਾਜ ਦੇ ਸਾਧਨ ਰਾਜ ਦੀ ਪੁਲਿਸ ਰਾਜ ਦੀ ਇਨਕਮ ਰਾਜ ਦਾ ਸਾਰਾ ਕੁਝ ਜੋ ਵੀ ਰਾਜ ਦੇ ਅੰਡਰ ਹੈ ਇਹਦਾ ਫਾਇਦਾ Karl Marx ਕਹਿੰਦੇ ਸਿਰਫ ਅਮੀਰਾਂ ਨੂੰ ਹੁੰਦਾ ਹੈ ਗਰੀਬਾਂ ਨੂੰ ਨਹੀਂ ਹੁੰਦਾ Karl Marx ਵੀ ਇਹ ਗੱਲ ਮੰਨਦੇ ਹਨ ਕਿ ਰਾਜ ਉਹ ਸਾਧਨ ਹੈ ਜਿਦੇ ਰਾਹੀਂ ਅਮੀਰ ਵਿਅਕਤੀ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ ਉਹ ਕਹਿੰਦੇ ਹਨ ਕਿ ਜੇ ਸਮਾਜ ਵਿੱਚ ਵਿਤਕਰਾਂ ਹੁੰਦਾ ਹੈ ਤਾਂ ਰਾਜ ਦਾ ਉਹਦਾ ਕਾਰਨ ਰਾਜ ਹੈ ਜੇ ਸ਼੍ਰੇਣੀਆਂ ਵਿੱਚ ਸੰਘਰਸ਼ ਹੈ ਤਾਂ ਉਹ ਰਾਜ ਕਰਕੇ ਹੈ ਜੇ ਸ਼੍ਰੇਣੀਆਂ ਬਣੀਆਂ ਹੋਈਆਂ ਹਨ ਤਾਂ ਰਾਜ ਕਰਕੇ ਬਣੀਆਂ ਹੋਈਆਂ ਹਨ ਕਾਲ ਮਾਰਕਸ ਰਾਜ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ ਇਹ ਤੁਹਾਨੂੰ ਬੜੀ ਵਾਰੀ ਕੁਐਸਚਨ ਆ ਜਾਂਦਾ ਹੈ ਕਾਲ ਮਾਰਕਸ ਦੇ ਰਾਜ ਸੰਬੰਧੀ ਵਿਚਾਰ ਦੱਸੋ ਸੋ ਉਹ ਕਹਿੰਦੇ ਕਿ ਜਦੋਂ ਸਮਾਜ ਵਿੱਚ ਅਮੀਰ ਗਰੀਬ ਖਤਮ ਹੋ ਜਾਣਗੇ ਸ਼੍ਰੇਣੀਆਂ ਖਤਮ ਹੋ ਜਾਣਗੀਆਂ ਤਾਂ Karl Marx ਕਹਿੰਦੇ ਹਨ ਕਿ ਰਾਜ ਦੀ ਵੀ ਕੋਈ ਲੋੜ ਨਹੀਂ ਹੋਏਗੀ ਅਤੇ ਰਾਜ ਵੀ ਆਪਣੇ ਆਪ ਹੀ ਖਤਮ ਹੋ ਜਾਣਾ ਚਾਹੀਦਾ ਹੈ ਕਿਉਂਕਿ Karl Marx ਰਾਜ ਨੂੰ ਜ਼ਰੂਰੀ ਨਹੀਂ ਮੰਨਦੇ Karl Marx ਰਾਜ ਨੂੰ ਵਧੀਆ ਸੰਸਥਾ ਨਹੀਂ ਮੰਨਦੇ ਉਹ ਰਾਜ ਨੂੰ ਗਰੀਬਾਂ ਦੇ ਸ਼ੋਸ਼ਣ ਦਾ ਇੱਕ ਤਰੀਕਾ ਮੰਨਦੇ ਹਨ ਇਸ ਕਰਕੇ ਉਹ ਕਹਿੰਦੇ ਕਿ ਜੇ ਸਮਾਜ ਵਿੱਚ ਅਮੀਰ ਗਰੀਬੀ ਖਤਮ ਹੋ ਗਈ ਸ਼੍ਰੇਣੀਆਂ ਖਤਮ ਹੋ ਗਈਆਂ ਸਾਰੇ ਬਰਾਬਰ ਹੋ ਗਏ ਉਦੋਂ ਕਹਿੰਦਾ ਰਾਜ ਦੀ ਕੋਈ ਲੋੜ ਨਹੀਂ ਹੈ ਰਾਜ ਨੂੰ ਖਤਮ ਹੋ ਜਾਣਾ ਚਾਹੀਦਾ ਹੈ ਅਗਲਾ ਪੁਆਇੰਟ ਬੇਟੇ ਅਸੀਂ ਕਰਾਂਗੇ ਕ੍ਰਾਂਤੀ ਅਤੇ ਕ੍ਰਾਂਤੀ ਅਤੇ ਮਜ਼ਦੂਰ ਵਰਗ ਦੀ ਤਾਨਾਸ਼ਾਹੀ 2 ਪੁਆਇੰਟ ਨੇ ਕ੍ਰਾਂਤੀ ਅੱਗੇ ਹੈਗੇ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਤਾਨਾਸ਼ਾਹੀ ਦਾ ਮਨ ਮਤਲਬ ਹੁੰਦਾ ਹੈ ਮਨਮਰਜ਼ੀ ਜਦੋਂ ਪਾਵਰ ਕਿਸੇ ਦੇ ਹੱਥ ਵਿੱਚ ਆ ਜਾਏ ਤਾਂ ਉਹਨੂੰ ਆਪਾਂ ਕਹਿੰਦੇ ਆ ਤਾਨਾਸ਼ਾਹੀ ਹੁਣ ਦੇਖੋ ਇਸ ਪੁਆਇੰਟ ਤੋਂ ਬਾਅਦ ਦੇਖੋ Karl Marx ਕੀ ਕਹਿੰਦੇ ਹਨ ਕਿ ਵੱਡੇ ਪੂੰਜੀਪਤੀਆਂ ਨੇ ਛੋਟੇ ਪੂੰਜੀਪਤੀਆਂ ਨੂੰ ਖਤਮ ਕਰਤਾ ਮਜ਼ਦੂਰਾਂ ਦੀ ਸ਼ਕਤੀ ਦੇ ਅੱਗੇ ਵੱਡੇ ਪੂੰਜੀਪਤੀ ਖਤਮ ਹੋ ਗਏ ਜੀ ਮਜ਼ਦੂਰਾਂ ਦੀ ਗਿਣਤੀ ਬਹੁਤ ਵੱਧ ਹੈ ਕੀਰਤਿਆਂ ਦੀ ਗਿਣਤੀ ਬਹੁਤ ਵੱਧ ਹੈ ਕਾਮਿਆਂ ਦੀ ਗਿਣਤੀ ਬਹੁਤ ਵੱਧ ਹੈ ਅਮੀਰਾਂ ਦੀ ਗਿਣਤੀ ਬਹੁਤ ਘੱਟ ਹੈ ਮਜ਼ਦੂਰਾਂ ਵਿੱਚ ਕੀਰਤਿਆਂ ਵਿੱਚ ਜਾਗਰਤੀ ਆ ਗਈ ਹੈ ਉਹ ਇੱਕ ਜਗ੍ਹਾ ਤੋਂ ਕੰਮ ਛੱਡ ਕੇ ਦੂਜੀ ਜਗ੍ਹਾ ਚਲੇ ਜਾਂਦੇ ਹਨ ਉਹਨਾਂ ਨੇ ਆਪਣੀਆਂ ਯੂਨੀਅਨਸ ਵੀ ਬਣਾ ਲੀਆਂ ਹਨ ਸਾਰੇ ਮਜ਼ਦੂਰ ਕਾਲ ਮਾਰਕਸ ਕਹਿੰਦੇ ਇਕੱਠੇ ਹੋ ਜਾਣਗੇ ਅਤੇ ਕ੍ਰਾਂਤੀ ਕਰ ਦੇਣਗੇ ਕ੍ਰਾਂਤੀ ਮੈਨੇ ਵਿਦਰੋਹ ਕਰ ਦੇਣਗੇ ਕਿ ਦੇ ਖਿਲਾਫ ਅਮੀਰਾਂ ਦੇ ਖਿਲਾਫ ਜਿੰਨੇ ਅਮੀਰ ਮਾੜੇ ਮੁੱਟੇ ਜਿਹੜੇ ਅਮੀਰ ਰਹਿ ਗਏ ਉਹਨਾਂ ਦੇ ਖਿਲਾਫ ਕ੍ਰਾਂਤੀ ਹੋ ਜਾਏਗੀ ਵਿਦਰੋਹ ਹੋ ਜਾਏਗਾ ਅਤੇ ਮਜ਼ਦੂਰ ਵਰਗ ਪੂੰਜੀਪਤੀਆਂ ਤੋਂ ਆਪਣੇ ਸਾਰੇ ਅਧਿਕਾਰ ਵਾਪਸ ਲੈ ਲੈਣਗੇ ਪੂੰਜੀਪਤੀਆਂ ਨੂੰ ਖਤਮ ਕਰ ਦੇਣਗੇ ਇੱਥੋਂ ਤੱਕ ਕਿ ਕਾਲਮਖਸ ਕਹਿੰਦੇ ਨੇ ਕਿ ਜੇ ਪੂੰਜੀਪਤੀ ਆਰਾਮ ਨਾਲ ਸ਼ਾਂਤੀ ਨਾਲ ਆਪਣੇ ਸਾਰੇ ਸਰਮਾਇਆ ਜੋ ਹੈ ਉਹ ਦੇਣ ਨੂੰ ਤਿਆਰ ਹੋਣ ਤਾਂ ਠੀਕ ਹੈ ਨਹੀਂ ਤਾਂ ਜਿਹੜੇ ਸਾਧਨ ਵਰਤਣੇ ਪੈਣ ਉਹ ਮਜ਼ਦੂਰ ਵਰਤ ਸਕਦੇ ਹਨ ਭਾਵ ਜੋ ਕਾਲ ਮਾਰਕਸ ਹੈ ਉਹ ਕ੍ਰਾਂਤੀ ਦੇ ਹੱਕ ਵਿੱਚ ਹਨ ਉਹ ਕਹਿੰਦੇ ਕ੍ਰਾਂਤੀ ਕਰ ਦੇਣਗੇ ਮਜ਼ਦੂਰ ਅਤੇ ਪੂੰਜੀਪਤੀਆਂ ਨੂੰ ਬਿਲਕੁਲ ਖਤਮ ਕਰ ਦੇਣਗੇ ਜਦੋਂ ਸਮਾਜ ਵਿੱਚ ਕਹਿੰਦਾ ਪੂੰਜੀਪਤੀ ਖਤਮ ਹੋ ਗਏ ਫਿਰ ਇੱਕੋ ਇੱਕ ਵਰਗ ਰਹਿ ਜਾਏਗਾ ਉਹ ਰਹੇਗਾ ਮਜ਼ਦੂਰ ਵਰਗ ਕਿਹੜਾ ਵਰਗ ਰਹਿ ਜਾਏਗਾ ਬੱਚੇ ਮਜ਼ਦੂਰ ਵਰਗ ਉਸ ਮਜ਼ਦੂਰ ਵਰਗ ਦੀ ਉਹ ਕਹਿੰਦੇ ਫਿਰ ਕੀ ਹੋਏਗੀ ਤਾਨਾशाही ਤਾਨਾशाही ਮੈਨੇ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥ ਵਿੱਚ ਆ ਜਾਵੇਗੀ ਅਮੀਰ ਬਿਲਕੁਲ ਖਤਮ ਹੋ ਜਾਣਗੇ ਦੋ ਸ਼੍ਰੇਣੀਆਂ ਬਿਲਕੁਲ ਖਤਮ ਹੋ ਜਾਣਗੀਆਂ ਅਤੇ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥ ਵਿੱਚ ਆ ਜਾਵੇਗੀ ਮਜ਼ਦੂਰਾਂ ਦਾ ਰਾਜ ਹੋ ਜਾਵੇਗਾ ਅਤੇ ਮਜ਼ਦੂਰ ਹੀ ਸਾਰੇ ਫੈਸਲੇ ਲੈ ਸਕਣਗੇ ਸਮਾਜ ਵਿੱਚ ਸ਼੍ਰੇਣੀਆਂ ਖਤਮ ਹੋ ਜਾਣਗੀਆਂ ਇਸ ਅਵਸਥਾ ਨੂੰ ਉਹ ਕਹਿੰਦੇ ਹਨ ਮਜ਼ਦੂਰਾਂ ਦੀ ਕ੍ਰਾਂਤੀ ਅਤੇ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਅੱਗੇ ਵਿੱਚ ਅਗਲਾ ਪੁਆਇੰਟ ਹੈਗਾ ਜਮਾਤ ਰਹਿਤ ਅਤੇ ਰਾਜ ਰਹਿਤ ਸਮਾਜ ਦੇਖੋ ਤੁਸੀਂ ਬਹੁਤ ਕੋਈ ਔਖਾ ਨਹੀਂ ਹੈ ਜੇ ਤੁਸੀਂ ਧਿਆਨ ਨਾਲ ਸਮਝ ਕੇ ਲਿਖੋਗੇ ਜਮਾਤ ਰਹਿਤ ਮੈਨੇ ਕਲਾਸलेस ਸੁਸਾਇਟੀ ਕਲਾਸ ਕਿਹੜੀਆਂ ਜਮਾਤਾਂ ਕਿਹੜੀਆਂ ਸਗੀਆਂ ਦੋ ਅਮੀਰ ਗਰੀਬ ਹੈਵ ਹੈਵ ਨਾਟਸ ਪੂੰਜੀਪਤੀ ਕੀਰਤੀ ਜ਼ਗੀਰਦਾਰ ਕਾਮੇ ਇਹ ਕਹਿੰਦੇ ਜਦੋਂ ਅਮੀਰ ਖਤਮ ਹੋ ਗਏ ਫਿਰ ਕੀ ਹੈ ਸਮਾਜ ਕਿੱਦਾਂ ਦਾ ਹੋਏਗਾ ਜਮਾਤ ਰਹਿਤ ਭਾਵ ਸਮਾਜ ਵਿੱਚ ਕੋਈ ਉੱਚਾ ਕੋਈ ਨੀਵਾਂ ਕੋਈ ਅਮੀਰ ਕੋਈ ਗਰੀਬ ਕੋਈ ਜ਼ਗੀਰਦਾਰ ਕੋਈ ਸਰਮਾਇਦਾਰ ਕੋਈ ਕਾਮਾ ਕੋਈ ਕੀਰਤੀ ਨਹੀਂ ਹੋਏਗਾ ਸਾਰੇ ਕੀ ਹੋ ਜਾਣਗੇ ਬਰਾਬਰ ਹੋ ਜਾਣਗੇ ਅਤੇ ਸਮਾਜ ਜਮਾਤ ਰਹਿਤ ਬਣ ਜਾਵੇਗਾ ਇਹਦੇ ਨਾਲ ਹੀ Karl Marx ਕਹਿੰਦੇ ਹਨ ਕਿ ਜਦੋਂ ਸਮਾਜ ਵਿੱਚ ਜਮਾਤਾ ਖਤਮ ਹੋ ਗਿਆ ਕਹਿੰਦੇ ਫਿਰ ਰਾਜ ਦੀ ਵੀ ਕੋਈ ਲੋੜ ਨਹੀਂ ਰਾਜ ਰਹਿਤ ਸਮਾਜ ਭਾਵ ਰਾਜ ਮੀ ਆਟੋਮੈਟਿਕਲੀ ਖਤਮ ਹੋ ਜਾਵੇਗਾ ਕਿਉਂਕਿ ਬੇਟੇ Karl Marx ਨੇ ਕੀ ਗੱਲ ਕਹੀ Karl Marx ਨੇ ਤੁਸੀਂ ਦੇਖੋ ਇਹ ਗੱਲ ਕਹੀ ਕਿ ਰਾਜ ਜਿਹੜਾ ਹੈ ਉਹ ਜ਼ਿੰਮੇਵਾਰ ਹੈ ਰਾਜ ਕਰਕੇ ਅਮੀਰ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ ਰਾਜ ਕਰਕੇ ਰਾਜ ਦੇ ਕਾਨੂੰਨਾਂ ਕਰਕੇ ਅਮੀਰਾਂ ਨੂੰ ਫਾਇਦਾ ਹੁੰਦਾ ਹੈ ਸੋ Karl Marx ਕਹਿੰਦੇ ਨੇ ਕਿ ਜਦੋਂ ਸਮਾਜ ਵਿੱਚ ਅਮੀਰ ਗਰੀਬੇ ਖਤਮ ਹੋ ਗਏ ਸਾਰੇ ਬਰਾਬਰ ਹੋ ਗਏ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥ ਵਿੱਚ ਚੱਲੇਗੀ ਜਦੋਂ ਜਮਾਤਾਂ ਹੀ ਖਤਮ ਹੋ ਗਈਆਂ ਤਾਂ ਕਹਿੰਦੇ ਰਾਜ ਦੀ ਵੀ ਕੋਈ ਲੋੜ ਨਹੀਂ ਹੈ ਰਾਜ ਵੀ ਆਟੋਮੈਟਿਕਲੀ ਖਤਮ ਹੋ ਜਾਵੇਗਾ ਇਸ ਨੂੰ ਕਾਲਮਾਰਕਸ ਨਾਮ ਦਿੰਦੇ ਨੇ ਸਟੇਜ ਨੂੰ ਜਮਾਤ ਰਹਿਤ ਜਾਂ ਸ਼੍ਰੇਣੀ ਰਹਿਤ ਅਤੇ ਰਾਜ ਰਹਿਤ ਸਮਾਜ ਸੋ ਇੱਥੇ ਤੱਕ ਤੁਹਾਨੂੰ ਹੁਣ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਕਾਲਮਾਰਕਸ ਕਿਸ ਤਰੀਕੇ ਦੇ ਨਾਲ ਆਪਣਾ ਸਾਰਾ ਵਿਉਂਤ ਦੱਸਦੇ ਨੇ ਕਿ ਅੰਜ ਹੋਏਗਾ ਅੰਜ ਹੋਏਗਾ ਅੰਜ ਹੋਏਗਾ ਔਰ ਬੱਚੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਇਹ ਰੂਸ ਦੇ ਵਿੱਚ ਕਾਲ ਮਾਰਕਸ ਦੇ ਇੱਕ ਪੁਆਇੰਟ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਪਹਿਲਾਂ ਛੱਡ ਵੀ ਦਿੱਤਾ ਸੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਉਹ ਕੀ ਸੀ ਬਟੇ ਕਿ ਕਾਲ ਮਾਰਕਸ ਨੇ ਅਤੇ ਫਰੇਡਰਿਕ ਐਂਜਲਸ ਨੇ ਵਿਚਾਰ ਦਿੱਤੇ ਉਹਨਾਂ ਦੇ ਇੱਕ ਬੰਦੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਕੌਣ ਲੈ ਕੇ ਗਿਆ ਕਾਲ ਮਾਰਕਸ ਨੇ ਦਿੱਤਾ 1883 ਚ ਮੌਤ ਹੋ ਗਈ 1883 ਤੋਂ ਬਾਅਦ ਕਾਲ ਮਾਰਕਸ ਦੇ ਦੱਸੀ ਹੋਏ ਵਿਚਾਰਾਂ ਦੇ ਅਨੁਸਾਰ ਸੰਸਾਰ ਕਿੱਦਾਂ ਚੱਲਿਆ ਸੰਸਾਰ ਦੇ ਕਈ ਦੇਸ਼ਾਂ ਨੇ ਸਾਮਵਾਦ ਕਿੱਦਾਂ ਅਪਣਾਇਆ ਤਾਂ ਉਹ ਬੱਚੇ ਤੁਹਾਡੇ ਲਈ ਵੈਰੀ ਇੰਪੋਰਟੈਂਟ ਕੁਐਸਚਨ ਵੀ ਹੈ ਰੂਸ ਦੇ ਵਿੱਚ ਦੋ ਵਿਚਾਰਕ ਹੋਏ ਨੇ ਲੈਲਿਨ ਅਤੇ ਸਟਾਲਿਨ ਨਾਮ ਨੋਟ ਕਰ ਲਓ ਮੈਂ ਸਲਾਈਡ 'ਚ ਨਹੀਂ ਦੇ ਸਕੀ ਲੈਲਿਨ ਅਤੇ ਸਟਾਲਿਨ ਇਹ ਰੂਸ ਦੇ ਦੋ ਵਿਚਾਰਕ ਹੋਏ ਨੇ ਜਿਨ੍ਹਾਂ ਨੇ ਕਾਰਲ ਮਾਰਕਸ ਦੇ ਵਿਚਾਰਧਾਰਾ ਨੂੰ ਰੂਸ ਵਿੱਚ ਲਾਗੂ ਕੀਤਾ ਅਤੇ ਰੂਸ ਨੂੰ ਇੱਕ ਸਾਮਵਾਦੀ ਦੇਸ਼ ਬਣਾਇਆ ਕਰਕੇ ਦਿਖਾਇਆ ਰੂਸ ਦੇ ਵਿੱਚ ਜਿਹੜੀ ਕ੍ਰਾਂਤੀ ਦੀ ਕਾਲ ਮਾਰਕਸ ਗੱਲ ਕਰਦੇ ਹਨ ਕਿ ਇੱਕ ਦਿਨ ਆਏਗਾ ਮਜ਼ਦੂਰ ਕ੍ਰਾਂਤੀ ਕਰਨਗੇ ਸਾਰੀ ਸ਼ਕਤੀ ਅਮੀਰਾਂ ਤੋਂ ਲੈ ਲਈ ਜਾਏਗੀ ਪੂੰਜੀਪਤੀ ਖਤਮ ਹੋ ਜਾਣਗੇ ਇਹ ਕ੍ਰਾਂਤੀ ਰੂਸ ਵਿੱਚ 1917 ਦੇ ਵਿੱਚ ਵਾਪਰੀ ਰੂਸ ਦੇ ਵਿੱਚ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਕਿ ਰੂ ਕਾਲ ਮਾਰਕਸ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਵਾਲੇ ਕੌਣ ਸਨ ਤਾਂ ਤੁਸੀਂ ਯਾਦ ਰੱਖੋ ਰੂਸ ਦੇ ਵਿੱਚ ਆਪਣੀਆਂ ਕਾਪੀਆਂ 'ਚ ਨੋਟ ਕਰੋ ਰੂਸ ਦੇ ਵਿੱਚ ਲੈਲਿਨ ਅਤੇ ਸਟਾਲਿਨ ਅਤੇ ਚੀਨ ਦੇ ਵਿੱਚ ਚੀਨ ਵੀ ਬਹੁਤ ਵੱਡਾ ਸਾਮਵਾਦੀ ਦੇਸ਼ ਹੈ ਚੀਨ ਦੇ ਵਿੱਚ ਮਾਓ ਸੇ ਤੁੰਗ ਨਾਮ ਹੈ ਮਾਓ ਮਮੇ ਨੂੰ ਕੰਨਾਵਾੜਾ ਮਾਓ ਸੇ ਤੁੰਗ ਰਿਪੀਟ ਕਰ ਰਹੀ ਹੈ ਰੂਸ ਦੇ ਵਿੱਚ ਲੈਲਿਨ ਅਤੇ ਸਟਾਲਿਨ ਜਦੋਂ ਕਿ ਚੀਨ ਦੇ ਵਿੱਚ ਮਾਓ ਸੇ ਤੁੰਗ ਇਹ ਤਿੰਨ ਬੰਦੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਦੇਸ਼ ਦੇ ਵਿੱਚ ਕਾਰਲ ਮਾਰਕਸ ਦੀ ਵਿਚਾਰਧਾਰਾ ਨੂੰ ਲਾਗੂ ਕੀਤਾ ਔਰ ਅੱਜ ਤੱਕ ਉਦੋਂ ਤੋਂ ਲੈ ਕੇ ਅੱਜ ਤੱਕ ਇਸੇ ਵਿਚਾਰਧਾਰਾ ਦੇ ਉੱਤੇ ਰੂਸ ਵੀ ਚੱਲ ਰਿਹਾ ਹੈ ਅਤੇ ਚੀਨ ਵੀ ਚੱਲ ਰਿਹਾ ਹੈ ਥੋੜੀਆਂ ਬਹੁਤ ਤਬਦੀਲੀਆਂ ਜ਼ਰੂਰ ਆਈਆਂ ਨੇ ਪਰ ਅੱਜ ਤੱਕ ਇਹ સામਵਾਦੀ ਦੇਸ਼ ਨੇ ਜਿਹੜੇ ਅੱਜ ਵੀ ਇਸ ਵਿਚਾਰਧਾਰਾ ਤੇ ਚੱਲ ਰਹੇ ਹਨ ਬੱਚੇ ਤੁਸੀਂ ਅੱਜਕਲ ਖਬਰਾਂ ਦੇਖ ਰਹੇ ਹੋਵੋਗੇ ਕਿਉਂਕਿ ਆਪਾਂ ਸਾਰੇ ਘਰਾਂ ਤੁਸੀਂ ਕਦੇ ਬੜੀ ਵਾਰੀ ਨੋਟ ਕੀਤਾ ਹੋਏਗਾ ਚੀਨ ਇਸ ਵੇਲੇ ਰੂਸ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਕੀ ਹੈ ਚੀਨ ਚੀਨ ਬਹੁਤ ਟੌਪ ਦੇ ਉੱਤੇ ਆਇਆ ਹੋਇਆ ਹੈ ਸੋ ਚੀਨ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਬੜੀ ਵਾਰੀ ਸੁਣੋਗੇ ਚੀਨ ਦੀਆਂ ਮਾਓਵਾਦੀ ਨੀਤੀਆਂ ਕੱਲ ਪਰਸੋ ਵੀ ਮੈਂ ਨਿਊਜ਼ ਸੁਣ ਰਹੀ ਸੀ ਉਹਦੇ ਵਿਚਾਰ ਰਹੀ ਆ ਸੀ ਜੇ ਆਪਾਂ ਤਿੱਬਤ ਦੀ ਜਦੋਂ ਤਿੱਬਤ ਦੇ ਨਾਲ ਰਿਲੇਟਡ ਕੋਈ ਨਿਊਜ਼ ਆਉਂਦੀ ਹੈ ਉਹਦੇ ਵਿੱਚ ਵੀ ਆਉਂਦਾ ਹੈ ਚੀਨ ਦੀਆਂ ਮਾਓਵਾਦੀ ਨੀਤੀਆਂ ਨੇਪਾਲ ਦੀ ਉਸ ਦਿਨ ਖਬਰ ਆ ਰਹੀ ਸੀ ਨੇਪਾਲ ਦੇ ਵਿੱਚ ਵੀ ਚੀਨ ਆਪਣਾ ਹਸਤਾ ਸ਼ੇਪ ਕਰ ਰਿਹਾ ਹੈ ਵਿੱਚ ਇੰਟਰਫੇਅਰ ਕਰ ਰਿਹਾ ਹੈ ਤਾਂ ਉਹਦੇ ਵਿੱਚ ਵੀ ਆ ਰਿਹਾ ਸੀ ਕਿ ਚੀਨ ਨੇ ਨੇਪਾਲ ਵਿੱਚ ਵੀ ਮਾਓਵਾਦੀ ਨੀਤੀਆਂ ਲਾਗੂ ਕਰਨੀਆਂ ਸ਼ੁਰੂ ਕੀਤੀਆਂ ਮਾਓਵਾਦੀ ਨੀਤੀਆਂ ਮੀਨਸ ਮਾਓ ਸੇ ਤੁੰਗ ਦੀਆਂ ਨੀਤੀਆਂ ਸਾਮਵਾਦੀ ਨੀਤੀਆਂ ਜਿਨ੍ਹਾਂ ਨੂੰ ਲੈ ਕੇ ਚੀਨ ਚੱਲ ਰਿਹਾ ਹੈ ਤੋ ਯਾਦ ਰੱਖਣਾ ਜਿਹੜੀ ਕ੍ਰਾਂਤੀ ਦੀ ਕਾਲ ਮਾਰਕਸ ਨੇ ਗੱਲ ਕੀਤੀ ਉਹ ਕ੍ਰਾਂਤੀ ਅਸਲ ਦੇ ਵਿੱਚ ਰੂਸ ਵਿੱਚ ਵਾਪਰੀ ਉਹਨਾਂ ਉਸ ਕ੍ਰਾਂਤੀ ਤੋਂ ਬਾਅਦ ਰੂਸ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਖਤਮ ਹੋਈਆਂ ਅਤੇ ਇੱਕ ਪਾਰਟੀ ਕੋਲ ਰਾਜ ਗਿਆ ਜਿਹੜਾ ਕਿ ਅਸੀਂ ਅੱਗੇ ਕਰਾਂਗੇ ਸੋ ਮੈਂ ਫੇਰ ਕਹਿ ਰਹੀ ਹਾਂ ਕਿ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਕਿ ਕਾਲ ਮਾਰਕਸ ਦੇ ਮਾਰਕਸਵਾਦ ਨੂੰ ਜਾਂ ਸਾਮਵਾਦ ਨੂੰ ਵਿਗਿਆਨਿਕ ਸਾਮਵਾਦ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਕਾਲ ਮਾਰਕਸ ਨੇ ਨਾ ਸਿਰਫ ਤਰੀਕਾ ਦੱਸਿਆ ਬਲਕਿ ਉਸ ਨੂੰ ਲਾਗੂ ਕਰਨ ਦਾ ਵੀ ਤਰੀਕਾ ਦੱਸਿਆ ਸੋ ਅਗਲੀ ਸਟੇਜ ਜੋ ਹੈ ਉਹ ਹੈ ਕਮਿਊਨਿਸਟ ਪਾਰਟੀ ਦੀ ਤਾਕਤ ਪਾਰ ਆਫ ਕਮਿਊਨਿਸਟ ਪਾਰਟੀ ਜਾਂ ਕਮਿਊਨਿਸਟ ਪਾਰਟੀ ਦੇ ਕੋਲ ਤਾਕਤ ਇੱਥੇ ਤੱਕ ਦੇਖੋ ਗੱਲ ਸਮਝ ਆ ਜਾਣੀ ਚਾਹੀਦੀ ਕਿ ਸਮਾਜ ਵਿੱਚ ਜਮਾਤਾਂ ਖਤਮ ਹੋ ਗਈਆਂ ਰਾਜ ਖਤਮ ਹੋ ਗਿਆ ਉਹ ਕਹਿੰਦੇ ਰਾਜ ਦੀ ਕੋਈ ਲੋੜ ਨਹੀਂ ਜੇ ਰਾਜ ਖਤਮ ਹੋ ਗਿਆ ਕਿਸੇ ਨੇ ਤਾਂ ਦੇਸ਼ ਚ ਚਲਾਉਣਾ ਹੈ ਕਿਸੇ ਨੇ ਤਾਂ ਦੇਸ਼ ਚ ਚਲਾਉਣਾ ਹੈ ਕੋਈ ਤਾਂ ਸਰਕਾਰ ਬਣਾਏਗਾ ਦੇਸ਼ ਵੀ ਤਾਂ ਕਿਸੇ ਨੇ ਚਲਾਉਣਾ ਹੈ ਦੇਸ਼ ਆਪਣੇ ਆਪ ਆਟੋਮੈਟਿਕਲੀ ਤਾਂ ਨਹੀਂ ਚੱਲ ਸਕਦਾ ਸੋ Karl Marx ਕੀ ਕਹਿੰਦੇ ਨੇ ਕਿ ਪਾਵਰ ਸਾਰੀ ਕਿਹਦੇ ਹੱਥ ਵਿੱਚ ਆ ਜਾਏਗੀ ਕਮਿਊਨਿਸਟ ਪਾਰਟੀ ਦੇ ਕਮਿਊਨਿਸਟ ਪਾਰਟੀ ਦੇ ਹੱਥ ਵਿੱਚ ਸਾਰੀ ਪਾਵਰ ਆ ਜਾਏਗੀ ਕਮਿਊਨਿਸਟ ਪਾਰਟੀ ਕੀ ਕਿਹੜੀ ਪਾਰਟੀ ਹੋਏਗੀ ਇਹ ਸਭ ਦੀ ਸਾਂਝੀ ਪਾਰਟੀ ਹੋਏਗੀ ਦੇਸ਼ ਦੀ ਇੱਕੋ ਇੱਕ ਪਾਰਟੀ ਹੋਏਗੀ ਜਿਸ ਦੇ ਬਣਾਏ ਹੋਏ ਨਿਯਮ ਸਾਰੇ ਦੇਸ਼ ਵਿੱਚ ਲਾਗੂ ਹੋਣਗੇ ਸਾਰਾ ਕੰਟਰੋਲ ਕਮਿਊਨਿਸਟ ਪਾਰਟੀ ਦਾ ਹੋਏਗਾ ਜਾਂ ਤਾਂ ਦੇਸ਼ ਵਿੱਚ ਕੋਈ ਹੋਰ ਉਹਦੇ ਖਿਲਾਫ ਪਾਰਟੀ ਹੋਏਗੀ ਹੀ ਨਹੀਂ ਜੇ ਹੋਏਗੀ ਤਾਂ ਉਹ ਇੰਨੀ ਮਜ਼ਬੂਤ ਨਹੀਂ ਹੋਏਗੀ ਕਿ ਉਹ ਕਮਿਊਨਿਸਟ ਪਾਰਟੀ ਦਾ ਮੁਕਾਬਲਾ ਕਰ ਸਕੇ ਭਾਵ ਸਾਰੀ ਪਾਵਰ ਕਮਿਊਨਿਸਟ ਪਾਰਟੀ ਕੋਲ ਜਾਏਗੀ ਸਾਰਾ ਕੰਟਰੋਲ ਕਮਿਊਨਿਸਟ ਪਾਰਟੀ ਦਾ ਹੋਏਗਾ ਤੁਸੀਂ ਸੁਣਿਆ ਹੋਏਗਾ ਕਮਿਊਨਿਸਟ ਪਾਰਟੀ ਆਫ ਰਸ਼ੀਆ ਕਮਿਊਨਿਸਟ ਪਾਰਟੀ ਆਫ ਚਾਈਨਾ ਇੱਥੋਂ ਤੱਕ ਕਿ ਸਾਡੇ ਭਾਰਤ ਦੇ ਵਿੱਚ 20 ਕਾਲ ਮਾਰਕਸ ਦੇ ਵਿਚਾਰਧਾਰਾ ਤੇ ਆਧਾਰਿਤ ਦੋ ਪਾਰਟੀਆਂ ਸੀਪੀਆਈ ਅਤੇ ਸੀਪੀਯੂ ਜੋ ਸਾਡੇ ਨੈਸ਼ਨਲ ਪੋਲੀਟੀਕਲ ਪਾਰਟੀਆਂ ਨੇ ਉਹ ਇੰਡੀਆ ਵਿੱਚ 20 ਐਗਜ਼ਿਸਟ ਕਰਦੀਆਂ ਹਨ ਅਤੇ ਸਾਡੇ ਕਈ ਰਾਜਾਂ ਦੇ ਵਿੱਚ ਵੀ ਸਾਮਵਾਦੀ ਮਾਰਕਸਵਾਦੀ ਵਿਚਾਰਾਂ ਦੀਆਂ ਸਰਕਾਰਾਂ ਬਣਦੀਆਂ ਹਨ ਸਾਡੇ ਵੀ ਬਣਦੀਆਂ ਹਨ ਬੇਟੇ ਪਰ ਜੇ ਅਸੀਂ ਪੂਰੀ ਤਰ੍ਹਾਂ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਰਸ਼ੀਆ ਚਾਈਨਾ ਵਰਗੇ ਦੇਸ਼ ਜਿਹੜੇ ਨੇ ਉਹ ਸਾਮਵਾਦੀ ਵਿਚਾਰਧਾਰਾ ਤੇ ਆਧਾਰਿਤ ਨੇ ਉੱਥੇ ਕਮਿਊਨਿਸਟ ਪਾਰਟੀ ਹੈ ਜੇ ਚੋਣਾ ਅਬਲ ਤਾਂ ਹੁੰਦੀਆਂ ਨਹੀਂ ਜੇ ਚੋਣਾ ਹੁੰਦੀਆਂ ਨੇ ਤਾਂ ਕਮਿਊਨਿਸਟ ਪਾਰਟੀ ਦੇ ਅੰਦਰ ਹੀ ਹੁੰਦੀਆਂ ਨੇ ਇਹ ਹੋ ਸਕਦਾ ਹੈ ਕਿ ਕਮਿਊਨਿਸਟ ਪਾਰਟੀ ਦੇ ਕੁਝ ਇੱਕ ਨੁਮਾਇੰਦੇ ਖੜੇ ਹੋ ਜਾਂਦੇ ਨੇ ਉਹਨਾਂ ਚੋਂ ਲੋਕ ਆਪਣੇ ਮਨਪਸੰਦ ਕਿਸੇ ਨੁਮਾਇੰਦੇ ਨੂੰ ਚੁਣ ਲੈਂਦੇ ਨੇ ਸਾਰੇ ਫੈਸਲੇ ਕਮਿਊਨਿਸਟ ਪਾਰਟੀ ਲੈਂਦੀ ਹੈ ਤੇ ਕਿਸੇ ਨੂੰ ਵੀ ਪਾਰਟੀ ਦੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਸਾਰੀ ਪ੍ਰਾਪਰਟੀ ਸਾਰਾ ਸਰਕਾਰ ਦਾ ਪ੍ਰਬੰਧ ਜੋ ਹੈ ਉਹ ਕਮਿਊਨਿਸਟ ਪਾਰਟੀ ਦੇ ਹੱਥ ਵਿੱਚ ਚਲਾ ਜਾਂਦਾ ਹੈ ਉਸ ਤੋਂ ਅਗਲੀ ਗੱਲ ਹੈ ਧਰਮ ਦਾ ਵਿਰੋਧ অপੋਜੀਸ਼ਨ ਆਫ ਰਿਲੀਜੀਅਨ ਬਹੁਤ ਇੰਪੋਰਟੈਂਟ ਪੁਆਇੰਟ ਹੈ ਨੋਟ ਕਰ ਲਓ ਪੇਪਰ ਦੇ ਵਿੱਚ ਮੈਕਸਿਮਮ ਟਾਈਮ ਕੁਐਸਚਨ ਪੁੱਛਿਆ ਜਾਂਦਾ ਹੈ ਕਾਲਮਾਰਕਸ ਦੇ ਧਰਮ ਸਬੰਧੀ ਵਿਚਾਰਾਂ ਦਾ ਵਰਣਨ ਕਰੋ ਸੋ ਬਹੁਤ ਇੰਪੋਰਟੈਂਟ ਪੁਆਇੰਟ ਹੈ 2 ਨੰਬਰ ਚ ਵੀ ਆ ਜਾਂਦਾ ਹੈ ਵਿੱਚ 4 ਨੰਬਰ ਚ ਵੀ ਆ ਜਾਂਦਾ ਹੈ ਧਰਮ ਦੀ ਜੇ ਗੱਲ ਕਰੀਏ ਆਪਾਂ ਇੰਡੀਆ ਦੀ ਗੱਲ ਕਰੀਏ ਕਾਲਮਾਰਕਸ ਬੇਟੇ ਧਰਮ ਦੇ ਸਖਤ ਵਿਰੋਧੀ ਸਨ ਯਾਦ ਰੱਖਣਾ ਤੁਹਾਨੂੰ ਮੰਨ ਲਓ 2 ਨੰਬਰ ਚ ਕੁਐਸਚਨ ਆ ਜਾਂਦਾ ਹੈ ਕਾਲਮਾਰਕਸ ਦੇ ਧਰਮ ਸਬੰਧੀ ਵਿਚਾਰ ਦੱਸੋ ਉਸੀ ਪੰਧੀ ਸੱਤੇ ਇੱਕ ਗੱਲ ਲਿਖਣੀ ਹੈ ਕਿ ਕਾਲ ਮਾਰਕਸ ਧਰਮ ਦੇ ਸਖਤ ਵਿਰੋਧੀ ਸਨ ਕਾਲ ਮਾਰਕਸ ਧਰਮ ਨੂੰ ਅਫੀਮ ਦੇ ਸਮਾਨ ਮੰਨਦੇ ਹਨ ਉਹ ਕਹਿੰਦੇ ਜਿਵੇਂ ਅਫੀਮ ਖਾ ਕੇ ਬੰਦੇ ਦਾ ਦਿਮਾਗ ਕੰਮ ਕਰਨੋਂ ਬੰਦ ਕਰ ਜਾਂਦਾ ਹੈ ਬੰਦਾ ਕੋਈ ਵੀ ਪੁੱਠੀ ਸਿੱਧੀ ਹਰਕਤ ਕਰਦਾ ਹੈ ਗਲਤ ਕੰਮ ਕਰਦਾ ਹੈ ਨਸ਼ਾ ਉਸੇ ਤਰੀਕੇ ਦੇ ਨਾਲ ਕਹਿੰਦਾ ਧਰਮ ਵੀ ਇਸ ਤਰ੍ਹਾਂ ਦੀ ਚੀਜ਼ ਹੈ ਧਰਮ ਦੇ ਨਾਮ ਦੇ ਉੱਤੇ ਲੋਕਾਂ ਦੇ ਦਿਮਾਗ ਖਰਾਬ ਹੋ ਜਾਂਦੇ ਹਨ ਲੋਕੀ ਗਲਤ ਕੰਮ ਕਰਨ ਲਈ ਭੜਕ ਜਾਂਦੇ ਹਨ ਲੋਕ ਗਲਤ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਇਸ ਲਈ ਕਾਲ ਮਾਰਕਸ ਆਪਣੇ ਸਮਾਜ ਦੇ ਵਿੱਚ ਧਰਮ ਨੂੰ ਕਿਤੇ ਵੀ ਥਾਂ ਨਹੀਂ ਦਿੰਦੇ ਬੜੇ ਵੱਡਾ ਪੁਆਇੰਟ ਹੈ ਉਹ ਦੇਖੋ ਜੇ ਅਸੀਂ ਆਪਾਂ ਇੰਡੀਆ ਦੀ ਆਪਣੇ ਇੰਡੀਆ ਦੀ ਗੱਲ ਕਰੀਏ ਬਿਟ ਧਰਮ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਚਲੋ ਤਾਂ ਮੇਰਾ ਟੌਪਿਕ ਤਾਂ ਨਹੀਂ ਹੈ ਫਿਰ ਵੀ ਮੈਂ ਦੱਸਣਾ ਚਾਹਾਂਗੀ ਜੇ ਤਾਂ ਆਪਾਂ ਇਨਸਾਨੀਅਤ ਦਇਆ ਪ੍ਰੇਮ ਦਾਨ ਪੁੰਨ ਚੰਗੇ ਕਰਮ ਦੇਖੀਏ ਤਾਂ ਸਾਰੇ ਧਰਮ ਬਰਾਬਰ ਨੇ ਪਰ ਜੇ ਆਪਾਂ ਧਰਮ ਦੇ ਮਾੜੇ ਰੂਪ ਨੂੰ ਲਈਏ ਤਾਂ ਭਾਰਤ ਤੋਂ ਵੱਡੀ ਐਗਜ਼ਾਮਪਲ ਆਪਾਂ ਨੂੰ ਕਿਤੇ ਮਿਲ ਨਹੀਂ ਸਕਦੀ ਆਪਣੇ ਭਾਰਤ ਦੇ ਵਿੱਚ ਤੁਸੀਂ ਦੇਖੋ ਹਰ ਚੀਜ਼ ਦੇ ਵਿੱਚ ਧਰਮ ਵੜਦਾ ਹੈ ਹਰ ਚੀਜ਼ ਦੇ ਵਿੱਚ ਹੁਣ ਤਾਂ ਤੁਸੀਂ ਦੇਖ ਲਿਆ ਕਰੋਨਾ ਨੇ ਤਾਂ ਕਿਸੇ ਧਰਮ ਦਾ ਲਿਹਾਜ਼ ਕੀਤਾ ਨਹੀਂ ਕਰੋਨਾ ਤਾਂ ਸਾਰੇ ਧਰਮਵਾਰਿਆਂ ਨੂੰ ਹੋਇਆ ਪਰ ਸਾਡੇ ਭਾਰਤੀਆਂ ਨੇ ਕਰੋਨਾ ਦੇ ਵਿੱਚੋਂ ਵੀ ਧਰਮ ਕੱਢ ਲਿਆ ਸੋ ਇਹ ਯਾਦ ਰੱਖਣਾ ਹੈ ਧਰਮ ਦੇ ਨਾਮ ਤੇ ਕਾਲ ਮਾਰਕਸ ਕਹਿੰਦਾ ਦੰਗੇ ਹੁੰਦੇ ਹਨ ਧਰਮ ਦੇ ਨਾਮ ਤੇ ਹਿੰਸਾ ਹੁੰਦੀ ਹੈ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਧਰਮ ਦੇ ਨਾਮ ਦੇ ਉੱਤੇ ਦੇਸ਼ ਲੜਦੇ ਹਨ ਲੋਕਾਂ ਦੀ ਬਰਬਾਦੀ ਹੁੰਦੀ ਹੈ ਇਸ ਕਰਕੇ ਕਾਲ ਮਾਰਕਸ ਧਰਮ ਨੂੰ ਬਿਲਕੁਲ ਵੀ ਹੱਕ ਵਿੱਚ ਨਹੀਂ ਸਨ ਕਾਲ ਮਾਰਕਸ ਦਾ ਬੇਟਾ ਇੱਕੋ ਗੱਲ ਕਹਿੰਦਾ ਕਿ ਸਾਰੇ ਬੰਦੇ ਕੀ ਕਰੋ ਕੰਮ ਕੰਮ ਕਰੋ ਕੰਮ ਦੇ ਬਦਲੇ ਵਿੱਚ ਸਾਰਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ ਕੋਈ ਧਰਮ ਨਹੀਂ ਕੋਈ ਡਰਾਮੇਬਾਜੀ ਨੂੰ Karl Marx ਕਿਤੇ ਵੀ ਸਮਰਥਨ ਨਹੀਂ ਦਿੰਦਾ ਸੋ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ Karl Marx ਧਰਮ ਨੂੰ ਅਫੀਮ ਦੀ ਗੋੜੀ ਦੇ ਸਮਾਨ ਮੰਨਦਾ ਹੈ ਜਿਸ ਤਰ੍ਹਾਂ ਅਫੀਮ ਦੀ ਗੋਲੀ ਖਾ ਕੇ ਅਫੀਮ ਖਾ ਕੇ ਮਨੁੱਖ ਦਾ ਦਿਮਾਗ ਕੰਮ ਕਰਨੋਂ ਬੰਦ ਕਰ ਜਾਂਦਾ ਹੈ ਠੀਕ ਇਸੇ ਤਰੀਕੇ ਦੇ ਨਾਲ ਧਰਮ ਦੇ ਨਾਮ ਦੇ ਉੱਤੇ ਲੋਕ ਗਲਤ ਕਾਰਜ ਕਰਦੇ ਹਨ ਇਸ ਕਰਕੇ ਕਾਲ ਮਾਰਕਸ ਧਰਮ ਦੇ ਸਖਤ ਵਿਰੋਧੀ ਹਨ ਅਤੇ ਉਹ ਆਪਣੇ ਦੇਸ਼ ਵਿੱਚ ਆਪਣੀ ਵਿਚਾਰਧਾਰਾ ਵਿੱਚ ਕਿਤੇ ਵੀ ਧਰਮ ਨੂੰ ਸਥਾਨ ਨਹੀਂ ਦੇਣਾ ਚਾਹੁੰਦੇ ਅਗਲਾ ਪੁਆਇੰਟ ਵੇਟੇ ਅਗਲਾ ਪੁਆਇੰਟ ਹੈਗਾ ਨਿੱਜੀ ਮਾਲਕੀ ਦੇ ਵਿਰੁੱਧ ਅਗੇਂਸਟ ਪ੍ਰਾਈਵੇਟ ਓਨਰਸ਼ਿਪ ਨਿੱਜੀ ਮਾਲਕੀ ਹਾਂਜੀ ਨੋਟ ਕਰ ਲਓ ਬੇਟੇ ਪੁਆਇੰਟ ਨਿੱਜੀ ਮਾਲਕੀ ਦੇ ਵਿਰੁੱਧ ਅਗੇਂਸਟ ਪ੍ਰਾਈਵੇਟ ਓਨਰਸ਼ਿਪ ਜਾਂ ਪ੍ਰਾਪਰਟੀ ਵੀ ਆ ਸਕਦਾ ਓਨਰਸ਼ਿਪ ਵੀ ਆ ਸਕਦਾ ਠੀਕ ਹੈ ਹਾਂ ਬੱਚੇ ਨਿੱਜੀ ਮਾਲਕੀ ਕੀ ਹੁੰਦੀ ਹੈ ਨਿੱਜੀ ਜਿਹੜੀ ਚੀਜ਼ ਸਾਡੀ ਪਰਸਨਲ ਹੋਵੇ ਜਿਹੜੀ ਚੀਜ਼ ਸਾਡੀ ਹੋਵੇ ਜਿਹਦੇ ਮਾਲਕ ਅਸੀਂ ਹੋਈਏ ਸਾਡੀ ਕੋਠੀ ਸਾਡੀ ਮਾਲਕੀ ਹੈ ਸਾਡੀ ਕਾਰ ਸਾਡੀ ਮਾਲਕੀ ਹੈ ਠੀਕ ਹੈ ਬਾਦਲ ਸਰਕਾਰ ਦੀਆਂ ਬੱਸਾਂ ਬਾਦਲ ਸਰਕਾਰ ਦੀ ਮਾਲਕੀ ਹੈ ਪਰ ਸਰਕਾਰੀ ਬੱਸਾਂ ਸਰਕਾਰ ਦੀ ਮਾਲਕੀ ਹੈ ਕਿਸੇ ਇੱਕ ਬੰਦੇ ਦੀ ਨਹੀਂ ਪਾਰਕ ਸਰਕਾਰ ਦੀ ਮਾਲਕੀ ਹੈ ਸਰਕਾਰੀ ਹਸਪਤਾਲ ਸਰਕਾਰ ਦੀ ਮਾਲਕੀ ਹੈ ਪ੍ਰਾਈਵੇਟ ਹਸਪਤਾਲ ਜਿਹੜਾ ਮਾਲਕ ਹੈ ਉਹਦੀ ਮਾਲਕੀ ਹੈ ਕਾਲ ਮਾਰਕਸ ਆਪਣੇ ਦੇਸ਼ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਦੇ ਪ੍ਰਾਈਵੇਟ ਓਨਰਸ਼ਿਪ ਦੇ ਬਿਲਕੁਲ ਖਿਲਾਫ ਸਨ ਹੁਣ ਤੁਸੀਂ ਕਹੋਗੇ ਕਿਉਂ ਕਿਉਂਕਿ ਕਾਲ ਮਾਰਕਸ ਅਮੀਰਾਂ ਦੇ ਖਿਲਾਫ ਸਨ ਅਮੀਰ ਕੋੜਾ ਬੰਦਾ ਹੁੰਦਾ ਜਿਹਦੇ ਕੋਲ ਗੱਡੀਆਂ ਵਾਧੂ ਹੋਣ ਜਿਹਦੇ ਕੋਲ ਫੈਕਟਰੀਆਂ ਹੋਣ ਜਿਹਦੇ ਕੋਲ ਜਿੰਦੀਆਂ ਬੱਸਾਂ ਚੱਲਦੀਆਂ ਨੇ ਜਿਹਦੇ ਹਵਾਈ ਜਹਾਜ਼ ਤੱਕ ਚੱਲਦੇ ਨੇ ਜਿਹਦੇ ਵੱਡੇ ਵੱਡੇ ਉਦਯੋਗ ਚੱਲਦੇ ਨੇ ਉਹ ਤਾਂ ਆਪੇ ਅਮੀਰ ਹੈ ਜਦੋਂ ਕਾਲ ਮਾਰਕਸ ਨੇ ਆਪਣੇ ਦੇਸ਼ ਦੇ ਵਿੱਚ ਅਮੀਰਾਂ ਨੂੰ ਹੀ ਖਤਮ ਕਰਤਾ ਤਾਂ ਕਾਲ ਮਾਰਕਸ ਪ੍ਰਾਈਵੇਟ ਪ੍ਰੋਪਰਟੀ ਨਿੱਜੀ ਚੀਜ਼ਾਂ ਦੇ ਬਿਲਕੁਲ ਹੱਕ ਵਿੱਚ ਨਹੀਂ ਹਨ ਕਾਲ ਮਾਰਕਸ ਕਹਿੰਦੇ ਜੋ ਹੋਏਗਾ ਸਭ ਦਾ ਹੋਏਗਾ ਅਤੇ ਸਾਰੇ ਸਮਾਜ ਦਾ ਹੋਵੇਗਾ ਜੋ ਰਾਸ਼ਟਰ ਦਾ ਹੋਏਗਾ ਉਸਤੇ ਕਿਸੇ ਦੀ ਨਿੱਜੀ ਮਾਲਕੀ ਨਹੀਂ ਹੋਏਗੀ ਉਹ ਸਭ ਦਾ ਹੋਏਗਾ ਅਤੇ ਉਸ ਦੇ ਉੱਤੇ ਸਾਰਿਆਂ ਦਾ ਬਰਾਬਰ ਹੱਕ ਹੋਵੇਗਾ ਇੱਥੇ ਤੱਕ ਕਿ ਬੇਟੇ ਮੈਂ ਇੱਕ ਬਹੁਤ ਦੇਰ ਪਹਿਲਾਂ ਇੱਕ ਮੈਗਜ਼ੀਨ ਪੜਿਆ ਸੀ ਉਹਦੇ ਵਿੱਚ ਕੀ ਸੀ ਕਿ ਕਾਲ ਮਾਰਕਸ ਨੇ ਆਪਣੇ ਦੇਸ਼ ਵਿੱਚ ਉੱਥੇ ਦੇ ਦੇਸ਼ ਦੇ ਵਿੱਚ ਜਿਹੜੇ ਘਰਾਂ ਵਿੱਚ ਗਮਲੇ ਪਏ ਹੁੰਦੇ ਹਨ ਉਹ ਗਮਲੇ ਤੱਕ ਵੀ ਗੱਡੀ ਆਉਂਦੀ ਹੈ ਕਹਿੰਦੇ ਪੁਰਾਣੇ ਗਮਲੇ ਲੈ ਜਾਂਦੀ ਹੈ ਨਵੇਂ ਗਮਲੇ ਰੱਖ ਦਿੰਦੀ ਹੈ ਭਾਵ ਘਰ ਤਾਂ ਦੂਰ ਦੀ ਗੱਲ ਤੁਸੀਂ ਆਪਣੇ ਇੱਕ ਗਮਲੇ ਨੂੰ ਵੀ ਨਹੀਂ ਕਹਿ ਸਕਦੇ ਕਿ ਇਹ ਮੇਰਾ ਗਮਲਾ ਹੈ ਉਹ ਕਹਿੰਦੇ ਹਰ ਬੰਦੇ ਹਰ ਬੰਦੇ ਨੂੰ ਆਪਣੀਆਂ ਲੋੜਾਂ ਦੇ ਮੁਤਾਬਕ ਮਿਲੇਗਾ ਲੋਕਾਂ ਦੇ ਭੋਜਨ ਦੀ ਜ਼ਿੰਮੇਵਾਰੀ ਸਿੱਖਿਆ ਦੀ ਜ਼ਿੰਮੇਵਾਰੀ ਡਾਕਟਰੀ ਸਹੂਲਤਾਂ ਦੀ ਜ਼ਿੰਮੇਵਾਰੀ ਹਰੇਕ ਲੋੜਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਪਾਰਟੀ ਦੀ ਹੋਵੇਗੀ ਬਦਲੇ ਵਿੱਚ ਲੋਕਾਂ ਨੂੰ ਕੀ ਕਰਨਾ ਪਏਗਾ ਕੰਮ ਕਰਨਾ ਪਏਗਾ ਅੱਗੇ ਕਾਲ ਮਾਰਕਸ ਥਿਉਰੀ ਵੀ ਦਿੰਦੇ ਹਨ ਜੋ ਕੰਮ ਨਹੀਂ ਕਰੇਗਾ ਉਹ ਖਾਏਗਾ ਵੀ ਨਹੀਂ ਭਾਵ ਇਹ ਕਿ ਕਾਲ ਮਾਰਕਸ ਪ੍ਰਾਈਵੇਟ ਪ੍ਰੋਪਰਟੀ ਪ੍ਰਾਈਵੇਟ ਓਨਰਸ਼ਿਪ ਕਿ ਇਹ ਚੀਜ਼ ਮੇਰੀ ਹੈ ਇਹਦਾ ਮਾਲਕ ਮੈਂ ਹਾਂ ਆ ਮੇਰੀ ਚੀਜ਼ ਹੈ ਇਹਦੇ ਕਾਲ ਮਾਰਕਸ ਟੋਟਲੀ ਖਿਲਾਫ ਸਨ ਤੇ ਕਾਲ ਮਾਰਕਸ ਇਹਦਾ ਬਿਲਕੁਲ ਸਮਰਥਨ ਨਹੀਂ ਕਰਦੇ ਸੋ ਇਸ ਵੀਡੀਓ ਦੇ ਵਿੱਚ ਵਿੱਚ ਇਹਨੇ ਪੁਆਇੰਟ ਕਰਕੇ ਜੋ ਲਾਸਟ ਹੈ ਲੈਸਨ ਨੂੰ ਸਮ ਅਪ ਕਰਨਾ ਹੈ ਉਹਦੇ ਲਈ ਤੁਸੀਂ ਅਗਲੀ ਵੀਡੀਓ ਜ਼ਰੂਰ ਦੇਖਣਾ ਬਹੁਤ ਬਹੁਤ ਧੰਨਵਾਦ